ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ 49ਵੀਂ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੁਲਪਤੀ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਸਮਰਪਣ ਨਾਲ ਆਪਣਾ ਫਰਜ਼ ਨਿਭਾਉਂਦੇ ਹੋਏ ਚੰਗਾ ਪੇਸ਼ੇਵਰ ਮਨੁੱਖ ਬਣਨਾ ਚਾਹੀਦਾ ਹੈ। ਇਸ ਮੌਕੇ PhD, ਪੋਸਟ ਗ੍ਰੈਜੂਏਟ ਅਤੇ ਅੰਡਰ ਗ੍ਰੈਜੂਏਟ ਦੀਆਂ 370 ਡਿਗਰੀਆਂ ਅਤੇ 171 ਮੈਡਲ ਵੱਖ-ਵੱਖ ਫੈਕਲਟੀ ਦੇ ਵਿਦਿਆਰਥੀਆਂ ਖੋਜਾਰਥੀਆਂ ਨੂੰ ਪ੍ਰਦਾਨ ਕੀਤੇ ਗਏ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਤੋਂ ਮਾਣਯੋਗ ਬਨਵਾਰੀ ਲਾਲ ਪੁਰੋਹਿਤ ਨੂੰ ਜਾਣੂ ਕਰਵਾਇਆ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ TV ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਦੋ ਆਨਰਸ ਪਹਿਲਾਂ ਡਿਗਰੀਆਂ ਦਿੱਤੀਆਂ ਗਈਆਂ ਹੈ। ਗੁਲਜ਼ਾਰ ਸਾਹਿਬ ਤੁਹਾਨੂੰ ਪਤਾ ਬਹੁਤ ਫੇਮਸ ਲਿਰਿਸਟ ਨੇ, ਨਾਲੇ ਉਰਦੂ 'ਚ ਲਿਖਦੇ ਨੇ, ਨਾਲੇ ਪੰਜਾਬੀ ਲਿਖਦੇ, ਉਹਨਾਂ ਦਿੱਤੀ ਗਈ ਹੈ। ਪ੍ਰੋਫੈਸਰ ਯੋਗੇਸ਼ ਚਾਵਲਾ ਨੇ, JPEA ਦੇ ਡਾਇਰੈਕਟਰ ਨੇ, BC ਰਾਏ ਅਵਾਰਡੀ ਨੇ, ਪਦਮ ਸ਼੍ਰੀ ਨੇ, ਹੈਪਟੋਲੋਜਿਸਟ ਨੇ, ਗੈਸਟਰੋਟੋਲੋਜਿਸਟ ਨੇ, ਐਂਡ ਬੜੇ ਬਹੁਤ ਰਿਨਾਊਂਡ ਜਿਹਨਾਂ 400-450 ਪੇਪਰ ਹੈ ਉਹਨਾਂ ਦਿੱਤੀ ਗਈ ਹੈ। ਦੋ ਆਨਰਸ ਕਲਾਸ ਦਿੱਤੀਆਂ ਗਈਆਂ। ਬਾਕੀ ਡਿਗਰੀਆਂ ਜਿਹੜੀਆਂ PhD ਦੀਆਂ 200 ਸੀਗੀਆਂ, ਅਤੇ ਬਾਕੀ ਟੋਪਰ ਜਿਹੜੇ ਹੈਗੇ ਮਾਸਟਰਸ ਦੇ 100-150 ਉਹ, ਅਤੇ ਬੈਚਲਰ ਦੇ 100 ਦੇ ਲਾਗੇ ਤਾਗੇ ਦੀਆਂ ਡਿਗਰੀਆਂ ਦਿੱਤੀਆਂ ਗਈਆਂ। ਅਤੇ ਚੀਫ ਗੈਸਟ ਆਪਣੇ ਚਾਂਸਲਰ ਸਾਹਿਬ ਸੀਗੇ ਪ੍ਰੋਹਿਤ ਸਾਹਿਬ, ਅਤੇ ਉਹਨਾਂ ਦੀ ਕਨਵੋਕੇਸ਼ਨ ਸਪੀਚ ਤੋਂ ਬਾਅਦ ਫਿਟਿੰਗ ਜਿਹੇ ਕਨਫਰਮ ਜਿਹੜੇ ਉਹ ਸਾਹਮਣੇ ਕੀਤੀਆਂ ਗਈਆਂ। ਚਾਂਸਲਰ ਸਾਹਿਬ ਵੱਲੋਂ ਕੀ ਮੈਸੇਜ ਆਇਆ ਬੱਚਿਆਂ ਨੂੰ ਦਿੱਤਾ ਗਿਆ? ਮੈਸੇਜ ਬੜਾ ਕਲੀਅਰ ਹੈ ਜੀ, ਜਿੱਦਾਂ ਉਹ ਸਿੰਪਲ ਰਹਿੰਦੇ ਨੇ, ਸਿੰਪਲ ਰਹੋ, ਬਸ ਸਿੰਪਲ ਓਨੈਸਟ ਰਹੋ, ਸਿੰਪਲ ਰਹੋ। ਮੈਸੇਜ ਹਮੇਸ਼ਾ ਚਾਂਸਲਰ ਸਿੱਧਾ ਜਿਹਾ ਹੁੰਦਾ ਹੈ, ਕੋਈ ਕੰਪਲੀਕੇਟਡ ਨਹੀਂ ਹੁੰਦਾ, ਕਿ ਓਨੈਸਟੀ ਆਦਮੀ ਜ਼ਿੰਦਗੀ ਨਿਗਾਵੇ ਐਂਡ ਸਿੰਪਲ ਤਰੀਕੇ ਨਾਲ ਨਿਗਾਵੇ ਬਸ। ਜੇ ਸਿੰਪਲ ਨਿਗਾਏਗਾ ਉਹ ਕਰਪਟ ਨਹੀਂ ਹੋਏਗਾ, ਉਹ ਓਨੈਸਟ ਵੀ ਰਹੇਗਾ। ਤੁਸੀਂ ਕੀ ਕਹਿਣਾ ਚਾਹੋਗੇ ਬੱਚਿਆਂ ਨੂੰ? ਨਵਾਂ ਨਾ ਸ਼ੁਰੂ ਹੋ ਰਿਹਾ, ਅੱਜ ਤੋਂ ਨਵੀਂ ਜ਼ਿੰਦਗੀ ਸ਼ੁਰੂ ਹੋ ਰਹੀ ਹੈ, ਡਿਗਰੀਆਂ ਮਿਲ ਗਈਆਂ, ਗਾਹ ਕਿਸੇ ਪੜ੍ਹਨਾ ਆਇਆ, ਕਿਸੇ ਨੌਕਰੀਆਂ ਕਰਨੀਆਂ ਨੇ, GNDU ਹਮੇਸ਼ਾ ਤੁਹਾਡੇ ਨਾਲ ਖਲੋਤੀ ਹੈ, ਕਦੀ ਵੀ ਜ਼ਰੂਰਤ ਪਈ ਤੁਹਾਡੇ ਨਾਲ ਹਮੇਸ਼ਾ ਅਵੇਲੇਬਲ ਹੈਗੇ ਹੈ। ਬਾਕੀ GNDU ਟੋਪ ਰੈਂਕਿੰਗ ਯੂਨੀਵਰਸਿਟੀ, ਤੁਹਾਨੂੰ ਸਾਨੂੰ ਵੀ ਬੜਾ ਮਾਣ ਦੇ ਉਸ ਡਿਗਰੀ, ਉਸ ਯੂਨੀਵਰਸਿਟੀ। ਅੱਜ ਸਾਨੂੰ ਸਨਮਾਨ ਜਿਹੜਾ ਦਿੱਤਾ ਗਿਆ ਵੱਡਾ, ਕੀ ਕਹਿਣਾ ਚਾਹੋਗੇ? ਅੱਜ ਦਾ ਜਿਹੜਾ ਕਨਵੋਕੇਸ਼ਨ ਹੈ, ਇਹ ਇੰਨੀ ਅੱਛੀ ਯੂਨੀਵਰਸਿਟੀ, ਮੈਂ ਇਸਨੂੰ ਕਲੋਜ਼ਲੀ ਓਬਜ਼ਰਵ ਕਰ ਰਿਹਾ, ਬਹੁਤ ਅੱਛੀ ਯੂਨੀਵਰਸਿਟੀ ਹੈ। ਮੈਂ ਕਿਉਂਕਿ ਇੱਥੋਂ ਦਾ ਐਥੀਕਲ ਕਮੇਟੀ ਦਾ ਮੈਂਬਰ ਹੈਗਾ, ਸੋ ਜਿਹੜੇ ਜਿਹੜੇ ਪ੍ਰੋਜੈਕਟਸ ਇੱਥੋਂ ਆਉਂਦੇ ਹੈਗੇ, ਅਤੇ ਦੇ ਰੀਅਲੀ ਇੰਪ੍ਰੈਸ ਮੀ, ਸਪੈਸ਼ਲੀ ਜੈਨੇਟਿਕਸ ਦੇ ਅਤੇ ਸਪੋਰਟਸ ਮੈਡੀਸਨ ਦੇ ਜਿਹੜੇ ਹੁੰਦੇ ਹੈਗੇ। ਕਈ ਵਾਰੀ ਇਹ ਵੀ ਮੈਨੂੰ ਸੋਚ ਆਉਂਦੀ ਹੈਗੀ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ਼ੁੱਡ ਬੀ ਕਲੋਜ਼ਲੀ ਐਸੋਸੀਏਟਡ ਵਿਦ PGI, ਕਿਉਂਕਿ PGI ਜੈਨੇਟਿਕਸ ਹੈ ਨਹੀਂ, ਸੋ ਇੱਥੇ ਜੈਨੇਟਿਕਸ ਹੈ, ਤਾਂ ਸਾਡੇ ਜਿਹੜੇ ਮਰੀਜ਼ ਹੋਣਗੇ ਉਹਨਾਂ ਨੂੰ ਫਾਇਦਾ ਹੋਏਗਾ, ਜੈਨੇਟਿਕ ਸਟੱਡੀਜ਼ ਜਿਹੜੀ ਕਿ ਇੱਥੋਂ ਦੀ ਸਟਰੈਂਥ ਹੈਗੀ। ਸੋ ਇਸ ਵਾਸਤੇ ਮੈਂ ਕੀਤਾ ਸੀਗਾ ਕਿ ਛੋਟਾ ਇੱਕ ਹੋਸਪਿਟਲ ਹੋ ਜਾਏ, ਨਹੀਂ ਤਾਂ PGI ਦੇ ਨਾਲ ਕੋਲੈਬੋਰੇਟ ਕਰਨ, ਅਤੇ ਬਹੁਤ ਅੱਛਾ, ਦੋਨਾਂ ਵਾਸਤੇ ਵਿਨਿੰਗ ਸਿਚੁਏਸ਼ਨ ਹੋਏਗੀ। ਅਦਰਵਾਈਜ਼ ਇਟਸ ਅ ਵੈਰੀ ਗੁੱਡ ਯੂਨੀਵਰਸਿਟੀ ਐਂਡ ਆਈ ਐਮ ਹਾਈਲੀ ਇੰਪ੍ਰੈਸਡ। ਜਿਹੜਾ ਮੈਂ ਇਹ ਵੀ ਆਖਿਆ ਸੀ ਕਿ ਲੈਂਸੇਟ 'ਚ ਛਪਿਆ ਹੈਗਾ, ਰੇਅਰਲੀ ਇਹ ਇੰਨੇ ਇੰਪੋਰਟੈਂਟ ਜਰਨਲਸ ਹੈਗੇ ਮੈਡੀਸਨ ਦੇ ਫੀਲਡ 'ਚ, ਉੱਥੇ ਅਗਰ ਪਬਲੀਕੇਸ਼ਨ ਹੋ ਜਾਏ ਤਾਂ ਬਹੁਤ ਵੱਡੀ ਗੱਲ ਹੈਗੀ। PGI ਅਤੇ ਏਮਸ ਬਹੁਤ ਕੋਸ਼ਿਸ਼ ਕਰਦੇ ਹੈਗੇ, ਉਹਨਾਂ ਦੇ ਹੋ ਜਾਂਦੇ ਹੈਗੇ, ਬਟ ਯੂ ਔਟ ਟੂ ਮੇਕ ਲੋਟ ਆਫ ਐਫਰਟਸ, ਸੋ ਉਹ ਵਾਲੇ ਐਫਰਟਸ ਇੱਥੋਂ ਹੋਏ ਹੈਗੇ ਜਿਹੜੇ ਕਿ ਪਬਲੀਕੇਸ਼ਨ ਹੋਈ ਹੈਗੀ।